ਸਤਿ ਸ਼੍ਰੀ ਅਕਾਲ। ਐਸ ਐਚ ਓ ਸਿਟੀ ਰਾਜਪੁਰਾ ਇੰਸਪੈਕਟਰ ਰਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਇੱਕ ਕਾਤਲ ਨੂੰ ਫੜਿਆ ਜਿਹੜਾ ਪਿਛਲੇ ਇੱਕ ਸਾਲ ਤੋਂ ਸ਼੍ਰੀ ਰਜਨੀਸ਼ ਸ਼ਰਮਾ ਦਾ ਜੋ ਕਿ ਸੁਨਿਆਰੇ ਦਾ ਕੰਮ ਕਰਦੇ ਸੀ ਰਾਜਪੁਰਾ ਵਿੱਚ ਉਹਨਾਂ ਨੂੰ ਅਗਵਾ ਕਰਕੇ ਅਤੇ ਲਾਲੜੂ ਥਾਣੇ ਦੇ ਏਰੀਏ 'ਚ ਮਾਰ ਦਿੱਤਾ ਸੀਗਾ। ਉਸ ਤੋਂ ਬਾਅਦ ਇਹ ਭਗੌੜਾ ਸੀਗਾ ਅਤੇ ਉਸ ਤੋਂ ਬਾਅਦ ਇਹਨੇ ਕਾਫੀ ਚੋਰੀ ਦੀਆਂ ਵਾਰਦਾਤਾਂ ਕੀਤੀਆਂ। ਪਿਛਲੇ ਮਹੀਨੇ ਇਹਨਾਂ ਦੇ ਗੈਂਗ ਕੋਲੋਂ 10 ਮੋਟਰਸਾਈਕਲ ਬਰਾਮਦ ਕੀਤੇ ਸੀ। ਉਦੋਂ ਵੀ ਇਹ ਬਹੁਤ ਛਾਤਰ ਸੀ, ਇਹ ਬਚ ਗਿਆ ਸੀ। ਇਹਦੀ ਭਾਲ ਵਿੱਚ ਲਗਾਤਾਰ ਸਿਟੀ ਪੁਲਿਸ ਕਰ ਰਹੀ ਸੀ ਤਾਂ ਹੁਣ ਇਹਨੂੰ ਕਾਬੂ ਕੀਤਾ ਗਿਆ। ਇਹਦੇ ਕੋਲ ਇੱਕ 315 ਬੋਰ ਦਾ ਪਿਸਟਲ ਅਤੇ 2 ਕਾਰਤੂਸ ਜ਼ਿੰਦਾ ਹੋਏ ਬਰਾਮਦ ਹੋਏ ਹਨ। ਇਹ ਇੱਕ ਸਾਲ ਤੋਂ ਵੱਖ ਵੱਖ ਥਾਵਾਂ 'ਤੇ ਜਿਵੇਂ ਡੇਰਾ ਭਗਪਾਲ ਸਿੰਘ ਹੋਰ ਤੀਰਥ ਸਥਾਨਾਂ 'ਤੇ ਘੁੰਮਦਾ ਰਹਿੰਦਾ ਸੀ ਅਤੇ ਪੁਲਿਸ ਦੇ ਅੜਿੱਕੇ ਨਹੀਂ ਸੀ ਚੜ ਰਿਹਾ। ਪੁਲਿਸ ਨੇ ਕਾਫੀ ਮੁਸ਼ਕਲ ਤੋਂ ਬਾਅਦ ਇਸ ਕਾਤਲ ਨੂੰ ਫੜ ਕੇ ਇਹਦੇ ਕੋਲੋਂ ਜਿਹੜਾ ਹੈਗਾ ਹਥਿਆਰ ਵੀ ਬਰਾਮਦ ਕੀਤਾ। ਇਸ ਤੋਂ 3 ਚੋਰੀ ਦੇ ਮੋਟਰਸਾਈਕਲ ਹੋਰ ਬਰਾਮਦ ਹੋ ਗਏ। ਪਿਛਲੇ ਮਹੀਨੇ ਵੀ ਇਸ ਗੈਂਗ ਤੋਂ 10 ਮੋਟਰਸਾਈਕਲ ਬਰਾਮਦ ਕੀਤੇ ਗਏ ਸੀਗੇ। ਸੋ ਅੱਗੇ ਇਹਦੀ ਪੁੱਛਗਿੱਛ ਜਾਰੀ ਹੈ। ਇਸ ਤੋਂ ਇਲਾਵਾ ਇਹਦੇ ਬਾਰੇ ਇਹ ਵੀ ਹੈ ਵੀ ਇਹਨੇ ਪਹਿਲਾਂ ਵੀ ਆਪਣੀ ਪਤਨੀ ਨੂੰ ਮਾਰਨ ਦਾ ਇਹ 304B ਦਾ ਪਰਚਾ ਵੀ ਦਰਜ ਸੀਗਾ, ਪਰ ਇਹਨੇ ਉਹਨਾਂ ਨਾਲ ਰਾਜੀਨਾਮਾ ਵਗੈਰਾ ਕਰ ਲਿਆ ਸੀ। ਇਹ ਅਪਰਾਧੀ ਕਿਸਮ ਦਾ ਵਿਅਕਤੀ ਹੈ ਜੋ ਹੁਣ ਵੀ ਕਿਸੇ ਅਪਰਾਧ ਕਰਨ ਦੀ ਤਾਕਤ ਸੀ, ਪਰ ਪੁਲਿਸ ਨੇ ਕਾਬੂ ਕਰ ਲਿਆ। ਮੈਂ ਸਿਟੀ ਪੁਲਿਸ ਨੂੰ ਇਸ ਗੱਲ ਦੀ ਵਧਾਈ ਦਿੰਦਾ ਵੀ ਉਹਨਾਂ ਨੇ ਕਾਫੀ ਮਿਹਨਤ ਤੋਂ ਬਾਅਦ ਇਸ ਛਾਤਰ ਅਪਰਾਧੀ ਨੂੰ ਕਾਬੂ ਕੀਤਾ। ਸਰ ਇਹ ਰਹਿਣ ਵਾਲਾ ਕਿੱਥੇ ਦਾ ਜੀ? ਇਹ ਰਹਿਣ ਵਾਲਾ ਇਹਦਾ ਲਾਲੜੂ 'ਚ ਪਿੰਡ ਹੈਗਾ ਜਾਤਸਾਨਾ। ਹਾਂਜੀ, ਕਾਨਫਰੰਸ ਪਹਿਲਾਂ ਹੋ ਗਈ ਸੀਗੀ। ਸਰ ਇਹ ਕਿੱਥੋਂ ਕਰੇ ਨੇ ਤਿੰਨ ਜਿਹੜੇ 3 ਮੋਟਰਸਾਈਕਲ ਜਿਹੜਾ ਰਾਜਪੁਰਾ ਤੋਂ ਹੀ ਕੀਤਾ ਸੀਗਾ ਅਗਵਾ ਕਰਕੇ ਸੋਨਾ ਲੁੱਟ ਕੇ ਬਰਾਮਦਗੀ ਵੀ ਸੋਨੇ ਦੀ ਵੀ ਕੀਤੀ ਹੈਗੀ। ਇਹ ਤੋਂ ਤਾਂ ਜੇਲ੍ਹ 'ਚ ਇੱਕ ਜਸਵਿੰਦਰ ਸਿੰਘ ਸੀ, ਦੂਜੇ ਦਾ ਕੀ ਨਾਂ ਸੀ? ਸੋਨਾ ਕਿੰਨਾ ਕੁ ਲੁੱਟਿਆ ਸੀ? ਜਸਵਿੰਦਰ ਸਿੰਘ ਸੀ, ਇਹਨਾਂ ਨੇ ਤੋਂ ਬਰਾਮਦ ਹੋ ਗਿਆ ਸੀਗਾ, ਦੂਜਿਆਂ ਕੋਲੋਂ ਹੋ ਗਿਆ ਸੀ। ਇਹਦੇ ਨਸ਼ੇ ਕਿੰਨੇ ਮਰਜ਼ੀ ਲੈ ਜਾਂਦੇ ਸਾਡੇ।